ਜੀ ਤੇ ਮਾਸ਼ਾਅੱਲਾ ਅਸੀਂ ਡਾਕਟਰ ਕੋਲ ਪਹੁੰਚੇ ਹਾਂ। ਚਾਲ ਉਮੀਦ ਕਰਨੀ ਹੈ ਕਿ ਠੀਕ ਠਾਕ ਹੋਸੋ, ਪਰ ਸ਼ੁਕਰ ਅੱਲਾਹ ਦਾ ਕਿ ਅਸੀਂ ਠੀਕ ਠਾਕ ਹਾਂ। ਜਿੱਥੇ ਰਹੋ ਉਸਨੂੰ ਮੁਸਕਰਾਉਂਦੇ ਰਹੋ, ਸਾਡੀ ਦੁਆ ਹਮੇਸ਼ਾ ਤੁਹਾਡੇ ਨਾਲ ਹੈ। ਅੱਲਾਹ ਪਾਕ ਖੁਸ਼ ਰੱਖੇ, ਬਾਅਦ ਰੱਖੇ ਸਾਡੇ ਸਭ ਭੈਣਾਂ ਭਾਈਆਂ ਨੂੰ ਜਿਹੜੇ ਬਿਮਾਰ ਹੈਗੇ। ਅੱਲਾਹ ਪਾਕ ਉਹਨਾਂ ਨੂੰ ਸ਼ਫਾ ਦੇਵੇ, ਜਿਹਨਾਂ ਕੋਲ ਕਾਰੋਬਾਰ ਨਹੀਂ ਹੈਗਾ। ਅੱਲਾਹ ਪਾਕ ਉਹਨਾਂ ਨੂੰ ਕਾਰੋਬਾਰ ਦੇਵੇ, ਜਿਹਨਾਂ ਕੋਲ ਔਲਾਦ ਨਹੀਂ ਹੈਗੀ। ਅੱਲਾਹ ਪਾਕ ਜਿੰਨੀ ਔਲਾਦ ਦੇਵੇ, ਅੱਲਾਹ ਪਾਕ ਸਭ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ। ਅੱਲਾਹ ਪਾਕ ਖੁਸ਼ ਰੱਖੇ ਸਭ ਨੂੰ। ਔਰ ਮਾਸ਼ਾਅੱਲਾ ਜੀ, ਸੁਬਾਹ ਸੁਬਾਹ ਦਾ ਟਾਈਮ ਹੈਗਾ ਹੈ, ਅੱਲਾਹ ਨੂੰ ਯਾਦ ਕਰਕੇ ਅੱਜ ਦੇ ਵਲੌਗ ਦਾ ਕਰਨਾ ਹੈਗਾ ਹੈਗਾ। ਕਿਉਂਕਿ ਸੁਬਾਹ ਸੁਬਾਹ ਮੈਂ ਥੱਲੇ ਆਈ ਹੈਗੀ ਹਾਂ, ਅਤੇ ਬੱਦਲ ਉੱਤੇ ਕਾਫੀ ਜ਼ਿਆਦਾ ਆ ਗਿਆ ਹੈਗਾ। ਇੱਕ ਕਾਫੀ ਜ਼ਿਆਦਾ ਮੈਂ ਬਿਸਤਰ ਇਕੱਠੇ ਕਰਨ ਆਈ ਹੈਗੀ ਸੀ, ਮੈਂ ਕਿਹਾ ਬੱਦਲ ਕਾਫੀ ਆ ਗਿਆ ਕਿਉਂਕਿ ਅਚਾਨਕ ਬਾਰਿਸ਼ ਆ ਜਾਂਦੀ ਹੈਗੀ ਹੈ, ਅਤੇ ਹਨੇਰੀ ਵੀ ਠੰਡੀ ਯਾਕ ਚੱਲਦੀ ਵੀ ਹੈਗੀ ਹੈ, ਅਤੇ ਔਰ ਦੂਸਰਾ ਸਾਈਡਾਂ 'ਤੇ ਵੀ ਨਾ ਕਾਫੀ ਜ਼ਿਆਦਾ ਨਾ ਧੁੰਦਲਾ ਧੁੰਦਲਾ ਨਜ਼ਰ ਆਉਂਦਾ ਪਿਆ ਹੈਗਾ, ਅਤੇ ਹਵਾ ਵੀ ਠੰਡੀ ਅਤੇ ਬੱਦਲ ਵੀ ਅਚਾਨਕ ਕਾਫੀ ਆਏ ਹੈਗੇ ਨਾ। ਅਤੇ ਅੱਲਾਹ ਪਾਕ ਖੈਰ ਕਰਦਾ, ਔਰ ਮੈਂ ਚੱਲ ਕੇ ਬੱਚਿਆਂ ਦਾ ਨਾਸ਼ਤਾ ਬਣਾਉਣਾ ਹੈਗਾ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੈਗਾ। ਇਸ ਵਾਸਤੇ ਅਤੇ ਬਿਸਤਰ ਇਕੱਠੇ ਕਰ ਲਾ ਜਾਂਦੀ ਹਾਂ ਥੱਲੇ, ਅਤੇ ਬਾਕੀ ਜਾ ਕੇ ਬੱਚਿਆਂ ਨਾਸ਼ਤਾ ਬਣਾਉਂਦੇ ਹੈਗੇ। ਤਿਆਰ ਹੋ ਗਏ ਮਾਸ਼ਾਅੱਲਾ ਸਾਰੇ, ਉਦੋਂ ਸਿਰ ਤਿਆਰ ਹੁੰਦੇ ਭਾਈ ਇਬਰਾਹਿਮ ਦੇ ਫੁੱਲ ਤਿਆਰ ਹੋ ਕੇ ਆ ਗਿਆ ਹੈਗਾ। ਉਹ ਨਾਸ਼ਤਾ ਕਰਾਉਂਦੇ ਹੈਗੇ, ਨਾਸ਼ਤਾ ਕਰਾ ਕੇ ਰਕਸ਼ਾ ਇਹਨਾਂ ਦਾ ਆ ਜਾਣਾ ਹੈਗਾ। ਮਾਸ਼ਾਅੱਲਾ ਰਕਸ਼ਾ ਵੀ ਆ ਗਿਆ ਹੈਗਾ, ਔਰ ਬੱਚਿਆਂ ਨੂੰ ਮੈਂ ਅੱਜ ਤੇ ਜੀ ਬੱਚਿਆਂ ਦਾ ਰਕਸ਼ਾ ਵੀ ਵਿਹਲਾ ਹੈਗਾ ਹੈ। ਔਰ ਜੀ ਬੱਚੇ, ਚਲੋ ਜੀ ਅੱਲਾਹ ਦੇ ਸਪੁਰਦ ਦੇ ਬੱਚੇ ਚਲੇ ਗਏ ਹੈਗੇ ਨੇ। ਔਰ ਮੌਸਮ ਵੇਖ ਲਓ, ਇੰਨਾ ਜ਼ਿਆਦਾ ਬੱਦਲ ਆ ਕੇ ਅਤੇ ਮੌਸਮ ਫਿਰ ਸਾਫ਼ ਹੋ ਗਿਆ ਹੈਗਾ ਹੈ, ਹਵਾ ਲੇਕਿਨ ਠੰਡੀ ਚਲਦੀ ਪਈ ਹੈਗੀ ਹੈ। ਸ਼ੁਕਰ ਹੈਗਾ ਅੱਲਾਹ ਦਾ। ਔਰ ਬੱਚਿਆਂ ਨੇ ਮਾਸ਼ਾਅੱਲਾ ਨਾਸ਼ਤਾ ਵਗੈਰਾ ਕਰ ਲਿਆ ਹੈਗਾ, ਹੁਣ ਮੈਂ ਵੀ ਚੱਲ ਕੇ ਨਾਸ਼ਤਾ ਕਰਨੀ ਹੈ। ਔਰ ਦੂਸਰੇ ਹਾਂਜੀ, ਅਤੇ ਮਾਸ਼ਾਅੱਲਾ ਸਫਾਈ ਵਗੈਰਾ ਮੈਂ ਬੱਚਿਆਂ ਨੂੰ ਸਕੂਲ ਭੇਜ ਕੇ ਸਫਾਈ ਕੀਤੀ ਹੈਗੀ ਹੈ, ਸਾਰੀ ਸਫਾਈ ਕਰਕੇ ਵਾਸ਼ਰੂਮ ਵਗੈਰਾ ਧੋ ਦਿੱਤਾ, ਔਰ ਮਾਸ਼ਾਅੱਲਾ ਸਾਰੀ ਸਫਾਈ। ਪਾਣੀ ਵੀ ਅੱਜ ਸਾਡਾ ਟਾਈਮ ਨਾਲ ਆ ਗਿਆ ਹੈਗਾ, ਔਰ ਝਾੜੂ ਵਗੈਰਾ ਮਾਰ ਲਿਆ, ਔਰ ਮਿਸਤਰੀ ਭਾਈ ਜਿਹੜਾ ਨਾ ਨਹੀਂ ਆਇਆ, ਬਾਕੀ ਕਿਚਨ ਵਗੈਰਾ ਮੈਂ ਸਾਫ਼ ਕਰ ਲਿਆ ਹੈਗਾ ਸਾਰਾ ਉਹ ਵੀ। ਬਾਕੀ ਨਾ ਮਿਸਤਰੀ ਭਾਈ ਨਹੀਂ ਹਲੇ ਤੱਕ ਆਇਆ ਕਿਉਂਕਿ ਉਹਨਾਂ ਦੀ ਕੱਲ੍ਹ ਫਤਕੀ ਹੋ ਗਈ ਸੀ ਇਸ ਵਾਸਤੇ। ਅਤੇ ਮਾਸ਼ਾਅੱਲਾ ਜੀ, ਕੰਮ ਜਿਹੜਾ ਉੱਪਰ ਵਾਲਾ ਉਹ ਤਾਂ ਕੰਮ ਠੀਕ ਹੋ ਗਿਆ ਹੈਗਾ, ਬਸ ਹੱਥ ਫਰਸ਼ ਰਹਿ ਗਿਆ ਹੈਗਾ, ਉਹ ਭਾਈ ਆਵੇਗਾ ਤਾਂ ਫਿਰ ਹੀ ਆਉਣਾ ਹੈਗਾ। ਅਤੇ ਇਸ ਵਾਸਤੇ ਕੱਲ੍ਹ ਨਹੀਂ ਆਇਆ ਸੀ, ਅਤੇ ਸ਼ਾਇਦ ਅੱਜ ਆਵੇ ਜਾਂ ਰਾਤ ਟਾਈਮ ਆਵੇ। ਬਾਕੀ ਜੀ ਸਾਰਾ ਕੰਮ ਉਸੇ ਤਰ੍ਹਾਂ ਪਿਆ, ਨਹੀਂ ਤਾਂ ਹੁਣ ਨੂੰ ਕੰਮ ਸਾਰਾ ਬਿਲਕੁਲ ਖਤਮ ਹੋ ਜਾਣਾ ਸੀ, ਕਿਉਂਕਿ ਮੇਰਾ ਇਹੀ ਸੀ ਕਿ ਚਲੋ ਇੱਕ ਦੋ ਦਿਨਾਂ ਦੇ ਵਿੱਚ ਖਤਮ ਹੋ ਜਾਂਦਾ, ਅਤੇ ਚਲੋ ਮੈਂ ਬਾਕੀ ਸਮਾਨ ਵਗੈਰਾ ਇੱਧਰੋਂ ਕੱਢ ਕੇ ਤਾਂ ਰੱਖ ਲੈਂਦੀ।
ਅਤੇ ਅੱਲਾ ਪਾਕ ਜੀ ਖੈਰ ਕਰਦਾ, ਅੱਲਾ ਪਾਕ ਦੇ ਹੁਣ ਹੁਕਮ ਨਾਲ ਜਦੋਂ ਵੀ ਉਹ ਆਇਆ ਫਿਰ ਹੀ ਕੰਮ ਮੁੱਕਣਾ ਹੈਗਾ ਹੈ ਅਤੇ ਇਨਸ਼ਾਅੱਲਾ ਤਾਲਾ ਹੋ ਜਾਵੇ। ਹਾਂਜੀ, ਅਤੇ ਮਾਸ਼ਾਅੱਲਾ ਸਾਡੇ ਮਿਸਤਰੀ ਬਾਈ ਹੋਰੀ ਆ ਗਏ ਹਨ, ਮਿਹਰਬਾਨੀ ਇਹਨਾਂ ਦੀ ਕਿਉਂਕਿ ਇਹਨਾਂ ਦੀ ਫੌਤਕੀ ਵੀ ਹੋਈ ਹੋਈ ਸੀ ਅਤੇ ਪਰ ਫਿਰ ਵੀ ਆ ਗਏ ਕਿਉਂਕਿ ਫਿਰ ਇਹੀ ਮਿਹਨਤ ਮਜ਼ਦੂਰੀ ਹੁੰਦੀ ਹਰ ਬੰਦੇ ਦੀ, ਇਹੀ ਕਰਨਾ ਇੰਨੇ ਅਤੇ ਇਹੀ ਖਾਣਾ ਇੰਨੇ ਅਤੇ, ਲੇਕਿਨ ਬਹੁਤ ਅਫਸੋਸ ਹੋ ਗਿਆ ਬਾਈ ਦੀ, ਇਸ ਬਾਈ ਦੀ ਨਾ ਅੰਮੀ ਬਹੁਤ ਹੋਈ ਹੈਗੀ ਹੈ ਅਤੇ ਇਸ ਵਾਸਤੇ ਅਤੇ ਅੱਲਾ ਪਾਕ ਖੈਰ ਕਰੇ ਤਾਂ ਅੱਲਾ ਪਾਕ ਜਿਹਨਾਂ ਨੂੰ ਜੰਨਤ ਵਿੱਚ ਘਰ ਦੇਵੇ ਜੀ। ਅਤੇ ਮਾਸ਼ਾਅੱਲਾ ਜੀ ਪਹੁੰਚਿਆ ਅੱਲਾ ਕਰੇਗਾ, ਸਾਡੇ ਬਾਈ ਕਹਿੰਦਾ ਪਿਆ ਕਿ ਦੋ ਕਮਰੇ ਤੁਹਾਨੂੰ ਮੁਕੰਮਲ ਕਰ ਦੇਣਾ, ਆਹ ਵੀ ਕਰ ਦੇਣਾ ਤਾਂ ਉਹ ਵੀ ਕਰ ਦੇਣਾ ਅਤੇ ਇਨਸ਼ਾਅੱਲਾ ਤਾਲਾ ਕਮਰੇ ਵੀ ਹੋ ਜਾਣਗੇ। ਔਰ ਮਿਹਰਬਾਨੀ ਹੈਗੀ ਬਾਈ ਉਹਨਾਂ ਦੀ ਕਿ ਜਿਹੜੇ ਆ ਗਏ ਹੈਗੇ ਹਨ, ਅੱਲਾ ਕਰੇ ਬਸ ਬੱਤੀ ਖੋਲ ਰਵੇ, ਬਾਕੀ ਕੋਈ ਮਸਲਾ ਨਹੀਂ, ਜੇ ਬੱਤੀ ਖੋਲ ਹੋਈ ਤਾਂ ਕੰਮ ਜਲਦੀ ਖਤਮ ਹੋ ਜਾਵੇਗਾ। ਮਿਸਤਰੀ ਬਾਈ ਨੇ ਕਿਹਾ ਇੱਕ ਘੰਟਾ ਦੋ ਦਾ ਕੰਮ ਹੈ ਜੇ ਬੱਤੀ ਖੋਲ ਹੋਈ ਤਾਂ, ਫਿਰ ਬੱਤੀ ਦਾ ਮਸਲਾ ਹੈ। ਬਾਈ ਤਰ੍ਹਾਂ ਨਾਸ਼ਤਾ ਨਹੀਂ ਕੀਤਾ ਹੈਗਾ, ਬਾਈ ਉਹਨਾਂ ਵਾਸਤੇ ਨਾਸ਼ਤਾ ਬਣਾਉਣਾ ਪਵੇਗਾ ਕਿਉਂਕਿ ਬਾਈ ਕਹਿੰਦਾ ਕਿ ਮੈਂ ਨਾਸ਼ਤਾ ਨਹੀਂ ਕਰਕੇ ਆਇਆ, ਕਾਫੀ ਦੂਰੋਂ ਆਉਣਾ ਸੀ ਅਤੇ ਇਸ ਵਾਸਤੇ ਬਾਈ ਉਹਨਾਂ ਵਾਸਤੇ ਚਾਹ ਵੀ ਬਣਾਉਣੀ ਹੈਗੀ, ਹੁਣ ਤਾਂ ਰੋਟੀ ਵੀ ਬਣਾਉਣੀ ਉਹਨਾਂ ਵਾਸਤੇ ਕਿਉਂਕਿ ਤੁਹਾਨੂੰ ਪਤਾ ਭੁੱਖ ਲੱਗੀ ਹੋਈ ਹੋਵੇ ਅਤੇ ਕੰਮ ਵੀ ਜ਼ਿਆਦਾ ਨਹੀਂ ਹੁੰਦਾ ਹੈਗਾ ਅਤੇ ਬਾਈ ਦੀ ਮਿਹਰਬਾਨੀ ਹੈਗੀ, ਕਹਿੰਦਾ ਕਿ ਮੈਂ ਤੁਹਾਨੂੰ ਦੋ ਕਮਰੇ ਮੁਕੰਮਲ ਕਰ ਦਿੰਦਾ। ਹਾਂਜੀ, ਅਤੇ ਮਿਸਤਰੀ ਬਾਈ ਚਲਾ ਗਿਆ ਹੈਗਾ ਕਿਉਂਕਿ ਬੱਤੀ ਬਿਲਕੁਲ ਘੱਟ ਗਈ ਹੈਗੀ ਹੈ ਔਰ ਕੁਛ ਜੀ ਇਹਦਾ ਮੂੰਹ ਸਿਰ ਨਜ਼ਰ ਆਇਆ ਹੈਗਾ ਫਰਸ਼ ਦਾ, ਕਾਫੀ ਸਾਰੀ ਨਾ ਕੁਛ ਫਾਇਦਾ ਹੋ ਗਿਆ ਹੈਗਾ, ਰਗੜਾਈ ਹੋਈ ਹੈਗੀ ਹੈ ਲੇਕਿਨ ਬੱਤੀ ਘਟਣ ਦਾ ਕਰਕੇ ਨਾ, ਅਤੇ ਬਾਈ ਚਲਾ ਗਿਆ ਹੈਗਾ ਹੁਣ ਉਹ ਆਵੇਗਾ ਫਿਰ ਜਦੋਂ ਬੱਤੀ ਫੁੱਲ ਹੋਵੇਗੀ ਅਤੇ ਤਕਰੀਬਨ ਰਾਤ ਨੂੰ ਹੀ ਆਵੇਗਾ। ਔਰ ਮਾਸ਼ਾਅੱਲਾ ਬੱਚੇ ਵੀ ਸਕੂਲੋਂ ਆ ਗਏ ਹੈਗੇ ਹਨ ਅਤੇ ਬੱਚਿਆਂ ਨੂੰ ਵੀ ਦੂਸਰਾ ਨਾ ਵਰਦੀ ਉਤਾਰੋ ਬੇਟਾ। ਅਤੇ ਬਾਕੀ ਜੀ ਆਹ ਸਾਰਾ ਕੁਛ ਉਹਦਾ ਪਿਆ ਹੈਗਾ, ਕਹਿੰਦਾ ਕਿ ਮੈਂ ਸ਼ਾਮ ਨੂੰ ਆ ਕੇ ਕੰਮ ਸ਼ੁਰੂ ਕਰਾਂਗੇ। ਔਰ ਅੱਜ ਜੀ ਕੁਛ ਇਹਨਾਂ ਨਾ ਮੂੰਹ ਮੱਥਾ ਨਜ਼ਰ ਆਇਆ ਹੈਗਾ ਹੈ ਕਿਉਂਕਿ ਕਾਫੀ ਟਾਈਮ ਚੱਲਦੀ ਰਹੀ ਹੈਗੀ ਮਸ਼ੀਨ ਅਤੇ ਕੁਛ ਮੂੰਹ ਮੱਥਾ ਨਜ਼ਰ ਆਇਆ ਇਹਦਾ ਅਤੇ ਜੀ ਫੁੱਲ ਵੀ ਨਜ਼ਰ ਆ ਰਿਹਾ ਹੈਗਾ ਕਿ ਕਿਸ ਤਰ੍ਹਾਂ ਦੀ ਇਹਦੀ ਸ਼ਕਲ ਹੈਗੀ ਸੀ। ਬਾਕੀ ਜੀ ਹੁਣ ਸ਼ਾਮ ਨੂੰ ਰਾਤ ਨੂੰ ਹੀ ਆਵੇਗਾ ਜਦੋਂ ਬੱਤੀ ਫੁੱਲ ਹੋਵੇਗੀ, ਬੱਤੀ ਬਿਲਕੁਲ ਬਹੁਤ ਘੱਟ ਹੈਗੀ ਹੈ ਇਸ ਵਜ੍ਹਾ ਤੋਂ ਕਰਕੇ ਨਾ ਨਹੀਂ ਚੱਲਦੇ। ਇੰਨੀ ਬੱਤੀ ਤਾਂ ਜੀ ਉਹਨਾਂ ਦੀ ਮਸ਼ੀਨ ਨਹੀਂ ਬਿਲਕੁਲ ਚੱਲੀ। ਮਾਸ਼ਾਅੱਲਾ ਜੀ ਇਬਰਾਹਿਮ ਵੀ ਆ ਗਿਆ ਹੈਗਾ ਸਕੂਲੋਂ ਕੱਪੜੇ ਬਦਲਣੇ ਹੈਗੇ ਆ ਹੁਣ ਉਹਨਾਂ ਨੇ, ਅਤੇ ਸੁਫੀਆਨ ਵਾਲੀ ਨੂੰ ਬੜਾ ਜ਼ਿਆਦਾ ਬੁਖਾਰ ਹੈਗਾ ਹੈ ਅਤੇ ਉਹ ਅੱਜ ਸੁੱਤਾ ਪਿਆ ਹੈਗਾ ਹੈ ਕਾਫੀ ਟਾਈਮ ਦਾ ਕਿਉਂਕਿ ਬੁਖਾਰ ਬੜਾ ਜ਼ਿਆਦਾ ਹੈਗਾ ਸੀ। ਅਤੇ ਹੁਣ ਬੱਚਿਆਂ ਨੂੰ ਕੁਛ ਦਿੰਦੇ ਹਾਂ ਖਾਣ ਵਾਸਤੇ ਵੀ, ਕੁਛ ਆਸਰਾ ਕਰਨੇ ਹੈਗੇ ਆ ਬੱਚਿਆਂ ਨੂੰ, ਰੋਟੀ ਪਾਣੀ ਖਵਾ ਰਹੀ ਹੈਗੀ ਔਰ ਬੱਚੇ ਚਲੇ ਗਏ ਸਾਰੇ ਸਪਾਰਾ ਪੜ੍ਹਨ ਵਾਸਤੇ। ਔਰ ਜੀ ਸੁਫੀਆਨ ਦੀ ਰਾਤ ਦੀ ਤਬੀਅਤ ਖਰਾਬ ਹੈਗੀ ਸੀ ਕਿਉਂਕਿ ਰਾਤ ਨੂੰ ਥੋੜ੍ਹਾ ਥੋੜ੍ਹਾ ਬੁਖਾਰ ਸੀ ਅਤੇ ਲੇਕਿਨ ਸੁਬਾਹ ਤਾਂ ਬਹੁਤ ਹੀ ਜ਼ਿਆਦਾ ਤੇਜ਼ ਹੋ ਗਿਆ ਕਿ ਹੁਣ ਕੋ ਨਾ ਉਹਦੀਆਂ ਅੱਖਾਂ ਨੇ ਕੁਝ ਦਿਨ ਨਵਾਇਆ ਹੈਗਾ ਇਹਨੂੰ ਮੈਂ ਕਿਉਂਕਿ ਜ਼ਿਆਦਾ ਬੁਖਾਰ ਹੈਗਾ ਸੀ, ਮੈਂ ਤਾਂ ਹਲਕਾ ਨਵਾ ਲੈਂਦੇ ਨਾ ਤਾਂ ਉਹ ਨਾ ਬੁਖਾਰ ਹਲਕਾ ਹੋ ਜਾਵੇਗਾ। ਇਸ ਵਾਸਤੇ ਪੱਟੀਆਂ ਵੀ ਕੀਤੀਆਂ ਹੈਗੀਆਂ, ਹੱਥਾਂ ਪੈਰਾਂ 'ਤੇ ਪੱਟੀਆਂ ਕੀਤੀਆਂ, ਹੁਣ ਕੁਛ ਜਿਸਮ ਠੰਡਾ ਹੋਇਆ ਹੈਗਾ ਹੈ ਅਤੇ ਹੁਣ ਮੈਂ ਸਮਝੀ ਨੂੰ ਫੋਨ ਕੀਤਾ ਕਿ ਆ ਕੇ ਨਾ ਸੁਫੀਆਨ ਦੀ ਦਵਾਈ ਲੈ ਆਉਂਦੇ ਹੈਗੇ ਹਾਂ ਅਤੇ ਫਿਰ ਚੱਲਦੇ ਹੈਗੇ ਅਤੇ ਸੁਫੀਆਨ ਦੀ ਦਵਾਈ ਲੈ ਆਉਂਦੇ ਅਤੇ ਸਾਰਾ ਦਿਨ ਇੰਨਾ ਖੇਡਦਾ ਹੈਗਾ ਬਹਿੰਦਾ ਹੀ ਨਹੀਂ ਹੈਗਾ ਅਤੇ ਅੱਜ ਜਿਹੜਾ ਨਾ ਸੁਬਾਹ ਦਾ ਨਾ ਕੁਛ ਖਾਧਾ ਨਾ ਪੀਤਾ ਨਾ ਕੰਮ ਹੋਰ, ਸਾਰਾ ਦਿਨ ਸੁੱਤਾ ਰਿਹਾ ਬੇਹੋਸ਼ਾਂ ਤਰ੍ਹਾਂ ਅਤੇ ਹੁਣ ਜੀ ਇਹਦੀ ਲਾ ਆਉਂਦੇ ਹਾਂ ਦਵਾਈ ਇਸ ਲਮਾਉਂਦਾ ਇਹਦਾ ਅਤੇ ਆਰਾਮ ਕਰਾਉਂਦੇ ਹੈਗੇ ਅਤੇ ਕੁਛ ਚੀਜ਼ ਵੀ ਖਵਾਉਂਦੇ ਹਾਂ ਕਿ ਮੈਂ ਬਿਸਕੁਟ ਅਤੇ ਚਾਹ ਦਿੱਤੀ ਹੈਗੀ ਸੀ ਉਲਟੀ ਆਈ ਅਤੇ ਸਾਰਾ ਮੈਨੂੰ ਵੀ ਲਬੇੜਿਆ ਇਸ
ਤੇ ਹੁਣ ਜਿਹੜਾ ਕਿ ਨਾ ਆ ਜਾਂਦੇ ਹੈਗੇ ਤੇ ਫਿਰ ਮੈਂ ਲੈ ਕੇ ਜਾਂਦੀ ਹਾਂ ਤਾਂ ਦਵਾਈ ਲਾ ਨਹੀਂ, ਕਿਉਂਕਿ ਰਾਤ ਲੈ ਫਿਰ ਜ਼ਿਆਦਾ ਬੱਚੇ ਨੂੰ ਤਕਲੀਫ ਹੋਵੇਗੀ। ਠੀਕ ਹੈ, ਵੱਡਾ ਬੰਦਾ ਬਰਦਾਸ਼ਤ ਕਰ ਲੈਂਦਾ ਲੇਕਿਨ ਛੋਟਾ ਬੱਚਾ ਤਾਂ ਨਹੀਂ ਕਰ ਸਕਦਾ। ਅਤੇ ਇਹਨਾਂ ਹੁਣ ਨਾ ਲਾ ਜਾਂਦੇ ਹੈਗੇ ਦਵਾਈ ਹੁੰਦੀ ਜਾ ਕੇ, ਹੁਣ ਆਇਆ ਤੱਕ ਨਵਾਇਆ ਬੁਖਾਰ ਹੋ ਗਿਆ। ਇਹਨਾਂ ਦੀ ਮੰਮਾ ਨੇ ਮੈਨੂੰ ਫੋਨ ਕੀਤਾ ਕਿ ਆ ਜਾਓ ਵੀ ਦਵਾਈ ਲੈਣੀ ਹੈ, ਅਤੇ ਮੈਂ ਜੀ ਆਇਆ, ਮੈਂ ਚਲੋ ਜਲਦੀ ਨਾਲ ਸ਼ਾਮ ਨਹੀਂ ਆਉਂਦੀ ਵੀ ਮੈਂ ਫਿਰ ਦਵਾਈ ਲੈਣੀ ਜਾ ਕੇ। ਰਾਤ ਟਾਈਮ ਇੱਥੇ ਮੇਰੇ ਕੋਲ ਡਾਕਟਰ ਤਾਂ ਹੁੰਦਾ ਕੋਈ ਨਹੀਂ ਪਿੰਡ 'ਚ, ਅਤੇ ਇਸ ਵਾਸਤੇ ਮੈਂ ਚਲੋ ਸ਼ਹਿਰੋਂ ਲਿਆਉਣੀ ਹੈਗੀ ਆ, ਲਾ ਜਾਂਦੇ ਕਿਉਂਕਿ ਰਾਤ ਨੂੰ ਜ਼ਿਆਦਾ ਬੁਖਾਰ ਹੋ ਗਿਆ ਜਾਂ ਦਰਦ ਦੁਰਦ ਰਾਤ ਨੂੰ ਜ਼ਿਆਦਾ ਹੋਈ ਫਿਰ ਕਿੱਦਾਂ ਲਾ। ਸੁਬਹੋ ਨਿਕਲ ਜਾਂਦਾ ਸਵੇਰੇ ਸੁਬਹੋ ਤਕਰੀਬਨ ਨਮਾਜ਼ ਪੜ੍ਹ ਕੇ ਅਤੇ ਅਜ਼ਾਨਾਂ ਲਈ ਚਲਾ ਜਾਂਦਾ, ਕਹਿੰਦਾ ਰਾਤ ਨੂੰ ਲੇਟ ਚੱਲਣੇ ਆ ਘਰ ਨੂੰ। ਸੁਫਿਆਨ ਅਲੀ ਰਸਤੇ ਚ ਉਲਟੀਆਂ ਵੀ ਕੀਤੀਆਂ, ਮੇਰੇ ਕੱਪੜਿਆਂ ਤੇ ਵੀ ਕਾਫੀ ਸਾਰੀ ਉਹਦੇ ਵੀ ਖਰਾਬ ਕੀਤੇ ਸੋ ਜੀ, ਆਪਣੇ ਵੀ ਆ ਵੇਖ ਸਕਦੇ ਹੋ ਆਪਣੇ ਵੀ ਖਰਾਬ ਕੀਤੇ ਸੋ। ਤੇ ਦਵਾਈ ਜਿਹੜੀ ਨਾ ਮੈਡੀਸਨ ਉਹ ਜੀ ਡਾਕਟਰ ਸਾਹਿਬ ਨੇ ਆ ਦਿੱਤੀ ਹੈ, ਇਹ ਜੀ ਆਹ ਤੁਹਾਡੀਆਂ ਨੇ ਦਵਾਈਆਂ, ਆਹ ਜੀ ਤੁਹਾਡੀਆਂ ਵਿੱਚ ਗੋਲੀਆਂ ਹੋਣੀਆਂ ਨਾ ਛੋਟੀਆਂ, ਇਹ ਵਾਲੀ ਦਵਾਈ ਇਹ ਇੱਕ ਗੋਲੀ ਇਹਨੂੰ ਪੀ ਕੇ ਹੁਣ ਦੇਣੀ ਹੈ, ਅਤੇ ਦੋ ਦੋ ਚਮਚ ਜਿਹੜੇ ਨੇ ਉੱਤੇ ਲਿਖਿਆ ਹੋਇਆ ਸ਼ਰਬਤ, ਇਹ ਜੀ ਦੋ ਦੋ ਚਮਚ ਤਿੰਨ ਟਾਈਮ ਜੀ ਸ਼ਰਬਤ ਦੇਣੇ ਨੇ। ਹਾਂਜੀ ਉਹਦੇ 'ਤੇ ਵੀ ਆ ਜੀ ਦੋ ਦੋ ਚਮਚ ਲਿਖੇ ਹੋਏ, ਪਹਿਲੇ ਉਹ ਗੋਲੀ ਦੇਣੀਆਂ ਜੀ, ਉਹ ਮੈਡੀਸਨ ਦੇਣੀਆਂ ਜੀ ਇਹਨਾਂ ਨੂੰ, ਫੈਮਲੀ ਨੂੰ ਇੱਕ ਚਮਚ ਦਿਓ। ਇਬਰਾਹਿਮ ਚਮਚ ਲਾਇਆ ਪੁੱਤਰ, ਅਤੇ ਮਾੜੀ ਜਿਹਾ ਪੀ ਕੇ ਨਾ ਇਹਨੂੰ ਦਿਓ। ਹਾਂਜੀ ਪੂਰੀ ਗੋਲੀ ਇੱਕ ਦੇਣੀ ਹੈ, ਪੰਜ ਸੱਤ ਮਿੰਟ ਇਹਨੂੰ ਵੇਟ ਕਰਕੇ ਨਾ ਵੀ ਉਲਟੀ ਕਰਦਾ ਹੈ ਕਿ ਨਹੀਂ, ਫਿਰ ਆਓ ਚਮਚ ਲੈ ਲਓ ਜੀ, ਪਾਣੀ ਵੀ ਲਾਇਆ ਪੋ ਥੋੜ੍ਹਾ ਜਿਹਾ। ਇਹ ਜੀ ਇਹਨਾਂ ਨੂੰ ਦੇ ਕੇ ਅੱਲਾਹ ਤਾਲਾ ਨੂੰ ਆਰਾਮ ਦੇਸੀ, ਦੇਖੋ ਨਾ ਅੱਜ ਤੱਕ ਅੱਖਾਂ ਜਿਹੜੀਆਂ ਨੇ ਚਿੱਠੀਆਂ ਛਿੱਠੀਆਂ ਨਿਕਲ ਆਈਆਂ, ਬੁਖਾਰ ਹੀ ਬਹੁਤ ਤੇਜ਼ ਹੈ ਰਸਤੇ 'ਚ ਉਲਟੀਆਂ। ਉਹ ਵਿਰਾਹ ਵਿਰਾਹ ਜੀ ਪਿਆਰ ਵੇਖੋ ਵੰਡਦੇ ਪਏ ਮਾਸ਼ਾਅੱਲਾ। ਹਾਂਜੀ ਇਹ ਗੋਲੀਆਂ ਤੁਹਾਡੀਆਂ, ਤੁਸੀਂ ਲੈਣੀਆਂ ਥੋੜ੍ਹੀ ਦੇਰ ਠਹਿਰ ਕੇ, ਇਹ ਗੋਲੀਆਂ ਅਤੇ ਉਹ ਟੀਕਾ ਜੀ ਦੁੱਧ ਵਿੱਚ ਪਾ ਕੇ ਤੁਸੀਂ ਇਸਤੇਮਾਲ ਕਰਨਾ। ਹਾਂਜੀ ਇਹ ਦੁੱਧ ਵਿੱਚ ਕੱਪ ਇੱਕ ਦੁੱਧ ਦਾ ਜਿਹੜਾ ਨਾ ਆਹ ਪਾਣੀ ਲੈ ਲਓ, ਇਹ ਗੋਲੀ ਅੱਛੀ ਤਰ੍ਹਾਂ ਉਹਦੇ ਵਿੱਚ ਇਹ ਪੀਣੀ ਹੈ, ਪੀ ਕੇ ਇਹ ਤੁਸੀਂ ਦੇਣੀ ਹੈ। ਹਾਂਜੀ ਅਤੇ ਬਾਕੀ ਜੇ ਇਸ ਫੈਮਲੀ ਨੂੰ ਪਿਵਾਓ ਗੋਲੀ। ਹਾਂ ਆਰਾਮ ਆਏ, ਅੱਲਾ ਪਾਕ ਤੰਦਰੁਸਤੀ ਦੱਸੀ ਜੀ, ਕਿਉਂਕਿ ਬੱਚਿਆਂ ਨਾਲ ਰੌਣਕ ਹੁੰਦੀ ਹੈ। ਇਵੇਂ ਲੈ ਲਈ ਸੈਂ, ਹਾਂ ਇਵੇਂ ਲੈ ਲਾ, ਸ਼ਾਬਾਸ਼ ਸ਼ਹਿਜ਼ਾਦਾ ਜਿਗਰਾ ਤਾਂ ਮਾਸ਼ਾਅੱਲਾ ਇਸੋ, ਉਹ ਨਾ ਉਵੇਂ ਪੀਵਣ ਤੋਂ ਬਗੈਰ ਹੀ ਮਾਸ਼ਾਅੱਲਾ ਖਾ ਗਿਆ। ਦੋ ਮੈਂ 10-15 ਮਿੰਟ ਠਹਿਰ ਕੇ ਮੈਂ ਦਵਾਈ ਦਿੱਤੀ ਹੈਗੀ ਹੈ, ਅਤੇ ਉਹ ਵੀ ਕੁਛ ਆਰਾਮ ਕਰਦਾ ਪਿਆ ਹੈਗਾ ਕਾਕਾ, ਬਾਏ ਬਾਏ, ਅਤੇ ਮਾਸ਼ਾਅੱਲਾ ਜੀ ਉਹ ਵੀ ਆਰਾਮ ਕਰਦਾ ਪਿਆ ਹੈਗਾ, ਅਤੇ ਮੈਂ ਵੀ ਜਿਹੜੀ ਹੈਗੀ ਨਾ ਸਾਲਮ ਰੱਖਿਆ ਹੈਗਾ ਉੱਪਰ, ਅਸੀਂ ਦਾਲ ਬਣਾਉਣੀ ਹੈਗੀ ਸੀ, ਕਹਿੰਦੇ ਦਿਓਗੇ ਤੁਸੀਂ ਰੋਜ਼ ਦਾਲ ਪਕਾਉਣੇ, ਲੇਕਿਨ ਸਾਡੇ ਬੱਚੇ ਮਾਸ਼ਾਅੱਲਾ ਬੜੀ ਸ਼ੌਕ ਨਾਲ ਦਾਲ ਖਾਂਦੇ ਹੈਗੇ, ਔਰ ਅਸੀਂ ਅੱਜ ਆਂਡੇ ਪਾਕ ਪਕਾਉਣੀ ਹੈਗੀ ਹੈ, ਇਸ ਵਾਸਤੇ ਆਂਡੇ ਵੀ ਨਾਲ ਲੈ ਕੇ ਆਏ ਹੈਗੇ ਹਾਂ, ਅਤੇ ਦਾਲ ਮੈਂ ਬਣਾ ਲੈਂਦੇ ਹੈਗੇ, ਔਰ ਮੈਂ ਨਾਲ ਮਾਸ਼ਾਅੱਲਾ ਆਟਾ ਵੀ ਗੁੰਨ ਕੇ ਰੱਖ ਲਿਆ ਹੈਗਾ ਹੈ,
ਹੁਣ ਬੱਚੇ ਜਿਹੜੇ ਹੈਗੇ ਨਾ ਦੂਸਰੇ ਉਹ ਟਿਊਸ਼ਨ ਗਏ ਹੋਏ ਹੈਗੇ ਨੇ, ਪਰ ਮਾਸ਼ਾਅੱਲਾ ਜੀ ਸ਼ਾਮ ਵੀ ਹੋਈ ਖਲੋਤੀ ਹੈਗੀ ਅਤੇ ਅੱਜ ਨਾ ਮੈਂ ਸਿਰਫ ਸਫਿਆਨ ਦੀ ਪਰੇਸ਼ਾਨੀ 'ਚ ਅਤੇ ਨਾਲੇ ਕੁਛ ਮੇਰੀ ਆਪਣੀ ਤਬੀਅਤ ਵੀ ਕੁਛ ਕਾਫੀ ਖਰਾਬ ਹੈਗੀ ਸੀ ਅਤੇ ਮੇਰੇ ਕੋਲ ਨਾ ਇੰਨੀ ਜ਼ਿਆਦਾ ਵੀਡੀਓ ਵੀ ਨਹੀਂ ਬਣੀ ਹੈਗੀ, ਅਤੇ ਅੱਲਾ ਪਾਕ ਖੈਰ ਕਰੇਗਾ ਤਾਂ ਇਨਸ਼ਾਅੱਲਾ ਤਾਲਾ ਰਾਤ ਨੂੰ ਸਾਡੇ ਮਿਸਤਰੀ ਬਾਈ ਨੇ ਵੀ ਆਉਣਾ ਹੈਗਾ ਹੈ, ਕਿਉਂਕਿ ਦਿਨ ਨੂੰ ਬਿਲਕੁਲ ਬੱਤੀ ਨਹੀਂ ਹੁੰਦੀ ਹੈਗੀ ਸਾਡੀ, ਅਤੇ ਰਾਤ ਨੂੰ ਜ਼ਰਾ ਨਾ 10-11 ਵਜੇ ਤੋਂ ਬਾਅਦ ਬੱਤੀ ਜ਼ਰਾ ਫੁੱਲ ਹੋ ਜਾਂਦੀ ਹੈ ਜੀ, ਅਤੇ ਉਸ ਤੋਂ ਬਾਅਦ ਨਾ ਯਾਨੀ ਕਿ ਮੇਰਾ ਇਰਾਦਾ ਹੈਗਾ ਹੈ ਕਿ ਮੈਂ 2 ਕਮਰੇ ਬਿਲਕੁਲ ਮੁਕੰਮਲ ਕਰਾ ਕੇ, ਉਹਨੇ ਕਿਹਾ ਮੁਕੰਮਲ ਜਦੋਂ ਕਰਕੇ ਮੈਂ ਪਾਲਿਸ਼ ਕਰ ਜਾਵਾਂਗਾ ਨਾ, ਬੇਫਿਕਰ ਹੋ ਕੇ ਤੁਸੀਂ ਇੱਧਰ ਵਾਲੇ ਸਾਰੇ ਕਮਰੇ ਦਾ ਉੱਧਰ ਰੱਖ ਲਵਾਂਗੇ, ਉਹਨਾਂ 2 ਕਮਰੇ 'ਚ ਰੱਖ ਲਵਾਂਗੇ, ਫਿਰ ਇਸ ਕਮਰੇ ਦਾ ਵੀ ਕੰਮ ਸ਼ੁਰੂ ਕਰਵਾਉਣਾ ਹੈਗਾ ਇਨਸ਼ਾਅੱਲਾ, ਅਤੇ ਉਹ ਵੀ ਕਰਵਾ ਲਵਾਂਗੇ, ਅਤੇ ਅੱਲਾ ਤਾਲਾ ਜਿਸ ਤਰ੍ਹਾਂ ਆਸਤਾ ਆਸਤਾ ਹਿੰਮਤ ਦਿੱਤੀ ਜਾਵੇਗਾ ਉਸੇ ਤਰ੍ਹਾਂ ਆਸਤਾ ਆਸਤਾ ਕੰਮ ਵੀ ਹੁੰਦਾ ਜਾਵੇਗਾ ਤੁਹਾਡੀਆਂ ਬਾਣਾ ਪਾਈਆਂ ਦੀਆਂ ਦੁਆਵਾਂ ਦੇ ਨਾਲ ਇਨਸ਼ਾਅੱਲਾ ਤਾਲਾ, ਅਤੇ ਅੱਲਾ ਪਾਕ ਦੀ ਖੈਰ ਕਰੇਗਾ, ਆਸਤਾ ਆਸਤਾ ਕੰਮ ਹੋ ਹੀ ਜਾਣਾ ਸਾਰਾ, ਲੇਕਿਨ ਮੈਂ ਘਬਰਾ ਜਾਂਦੀ ਹਾਂ, ਮੈਂ ਕਹਿੰਦੀ ਕਿ ਜਲਦੀ ਕੰਮ ਹੋ ਜਾਵੇ ਅਤੇ ਜਾਣ ਛੁੱਟੇ ਅਤੇ ਜ਼ਰਾ ਸਫਾਈ ਵਗੈਰਾ ਹੋ ਜਾਵੇਗੀ, ਲੇਕਿਨ ਜਦੋਂ ਆਹ ਵਿਹੜੇ ਦਾ ਕੰਮ ਤਾਂ ਹੋਣਾ ਹੈਗਾ, ਜਦੋਂ ਆਹ ਕਮਰੇ ਦਾ ਹੋਣਾ ਨਾ ਉਹਦੇ ਨਾਲ ਫਿਰ ਆ ਵਿਹੜੇ ਦੇ ਵੀ ਮੁਕੰਮਲ ਹੋ, ਰਗੜਾਈ ਵੀ ਹੋ ਜਾਵੇਗੀ, ਪਾਲਿਸ਼ ਵੀ ਹੋ ਜਾਵੇਗੀ, ਬਾਹਰ ਦਾ ਕੰਮ ਫੇਰ ਹੋਵੇਗਾ, ਅਤੇ ਫਿਲਹਾਲ ਤਾਂ ਅੱਜ ਜੇ ਰਾਤ ਨੂੰ ਆ ਗਿਆ ਨਾ ਮਿਸਤਰੀ ਬਾਈ ਆਏਗਾ ਜ਼ਰੂਰ, ਕਿਉਂਕਿ ਦਿਨ ਟਾਈਮ ਉਹ ਚਲਾ ਗਿਆ ਸੀ, ਇਨਸ਼ਾਅੱਲਾ ਉਹ ਜ਼ਰੂਰ ਆਏਗਾ ਅਤੇ ਰਾਤ ਨੂੰ ਇਨਸ਼ਾਅੱਲਾ ਹੋ ਜਾਣਗੇ 2 ਕਮਰੇ, ਕੱਲ੍ਹ ਤੱਕ ਸਮਾਨ ਚੁੱਕ ਕੇ ਰੱਖ ਲਵਾਂਗੇ, ਆਸਤਾ ਆਸਤਾ ਹੋ ਹੀ ਜਾਣਾ ਹੈਗਾ ਸਾਰਾ, ਅਤੇ ਅੱਲਾ ਪਾਕ ਜੀ ਖੈਰ ਕਰੇਗਾ, ਔਰ ਮੈਂ ਭੈਣਾਂ ਭਾਈਆਂ ਕੋਲੋਂ ਇਜਾਜ਼ਤ ਵੀ ਚਾਹੁੰਦੀ ਹੈਗੀ ਸਾਰਿਆਂ ਕੋਲੋਂ, ਅਤੇ ਇਨਸ਼ਾਅੱਲਾ ਤਾਲਾ ਸੁਬਾਹ ਮਿਲਾਂਗੇ ਕੱਚੇ ਵਿਚਾਰ ਦੇ ਨਾਲ, ਸਭ ਭੈਣਾਂ ਭਾਈਆਂ ਨੂੰ ਅੱਲਾ ਪਾਕ ਬਹੁਤ ਖੁਸ਼ ਰੱਖੇ ਔਰ ਬਹੁਤ ਸਾਰਾ ਦੇਵੇ, ਅੱਲਾ ਤਾਲਾ ਸਭ ਦੇ ਕਾਰੋਬਾਰ 'ਚ ਬਰਕਤਾਂ ਪਾਵੇ, ਔਰ ਅੱਲਾ ਪਾਕ ਜੀ ਸਭ ਨੂੰ ਖੁਸ਼ ਰੱਖੇ ਜਿਹੜੇ ਬਿਮਾਰ ਹੈਗੇ ਨੇ, ਅੱਲਾ ਪਾਕ ਉਹਨਾਂ ਨੂੰ ਸ਼ਫਾ ਦੇਵੇ, ਸਾਡੀਆਂ ਦੁਆਵਾਂ ਹਮੇਸ਼ਾ ਉਹਨਾਂ ਦੇ ਨਾਲ ਰਹਿਣਗੀਆਂ, ਉਸ ਅੱਲਾ ਦੇ ਨੇਕ ਬੰਦੇ ਨੂੰ ਅੱਲਾ ਤਾਲਾ ਜੀ ਜ਼ਿੰਦਗੀ ਦੇਵੇ ਔਰ ਤੰਦਰੁਸਤੀ ਦੇਵੇ ਜੀ, ਅੱਲਾ ਪਾਕ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਅੱਲਾ ਪਾਕ ਜੀ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰੇ, ਮਜ਼ੀਦ ਅੱਲਾ ਪਾਕ ਉਹਨਾਂ ਦੀਆਂ ਆਸਾਨੀਆਂ ਪੈਦਾ ਕਰੇ ਉਹਨਾਂ ਵਾਸਤੇ ਜੀ, ਅੱਲਾ ਪਾਕ ਜੀ ਉਹਨਾਂ ਨੇ ਮਦੀਨੇ ਪਾਕ ਜਾਣਾ ਹੈਗਾ, ਅੱਲਾ ਪਾਕ ਜੀ ਉਹ ਵੀ ਉਹਨਾਂ ਦੀ ਹਾਜ਼ਰੀ ਕਬੂਲ ਕਰੇ ਔਰ ਅੱਲਾ ਪਾਕ ਜੀ ਉਹਨਾਂ ਦਾ ਜਾਣਾ ਕਬੂਲ ਕਰੇ, ਅਤੇ ਅੱਲਾ ਪਾਕ ਜੀ ਕਿਸੇ ਦੇ ਸਦਕੇ ਅੱਲਾ ਤਾਲਾ ਜੀ ਸਾਨੂੰ ਵੀ ਲੈ ਕੇ ਜਾਏਗਾ, ਇਨਸ਼ਾਅੱਲਾ ਦਿਲ 'ਚ ਖੁਆਇਸ਼ ਬੜੀ ਹੈਗੀ ਹੈ, ਅਤੇ ਇਨਸ਼ਾਅੱਲਾ ਤਾਲਾ ਅਸੀਂ ਵੀ ਅੱਲਾ ਤਾਲਾ ਦਾ ਘਰ ਵੇਖਣ ਦੀ ਖੁਆਇਸ਼ ਰੱਖਦੇ ਹੈਗੇ ਹਾਂ, ਅਤੇ ਕਦੇ ਅੱਲਾ ਤਾਲਾ ਜੀ ਸਾਡੀ ਵੀ ਪੂਰੀ ਕਰੇਗਾ, ਦਿਲ 'ਚ ਬੜੀ ਖੁਆਇਸ਼ ਹੈਗੀ ਹੈ, ਅਤੇ ਅੱਲਾ ਪਾਕ ਜੀ ਉਹਨਾਂ ਵਾਸਤੇ ਤਾਂ ਬਹੁਤ ਸਾਰੀਆਂ ਆਸਾਨੀਆਂ ਪੈਦਾ ਕਰੇ, ਅੱਲਾ ਤਾਲਾ ਜੀ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ, ਢੇਰ ਸਾਰੀਆਂ ਖੁਸ਼ੀਆਂ ਦੇਵੇ, ਔਰ ਸਾਡੀ ਵੀਡੀਓ ਨੂੰ ਲਾਈਕ ਕੀਤਾ ਕਰੋ, ਸਬਸਕ੍ਰਾਈਬ ਕੀਤਾ ਕਰੋ, ਵੀਡੀਓ ਸਾਡੀ ਐਂਡ ਤੱਕ ਵੇਖੀ ਕਰੋ ਜੀ, ਔਰ ਕਮੈਂਟ ਕਰਕੇ ਸਾਨੂੰ ਤੁਸੀਂ ਦੱਸਣਾ ਹੈਗਾ, ਅਤੇ ਬਹੁਤ ਸ਼ੁਕਰੀਆ ਜਿਹੜੇ ਬਣ ਪਾਈਆਂ ਨੇ ਕਮੈਂਟ ਅੱਛੇ ਅੱਛੇ ਕੀਤੇ ਹੈਗੇ ਸੀ, ਉਹਨਾਂ ਦਾ ਬਹੁਤ ਢੇਰ ਸਾਰਾ ਸ਼ੁਕਰੀਆ, ਅਤੇ ਢੇਰ ਸਾਰੀਆਂ ਮੇਰੇ ਮੈਂ ਦੁਆਵਾਂ ਕਰਾਂਗੀ ਉਹਨਾਂ ਦੇ ਵਾਸਤੇ, ਅੱਲਾ ਪਾਕ ਜੀ ਉਹਨਾਂ ਨੂੰ ਖੁਸ਼ ਰੱਖੇ ਆਬਾਦ ਰੱਖੇ ਜੀ, ਅੱਜ ਦੇ ਵਿਲਾਗ ਵਿੱਚ ਇਜਾਜ਼ਤ ਚਾਹੁੰਦੇ ਹਾਂ ਜੀ, ਸੁਬਹਾ ਮਿਲਾਂਗੇ ਇੱਕ ਅੱਛੇ ਵਿਲਾਗ ਨਾਲ ਜੀ, ਅੱਲਾ ਹਾਫਿਜ਼।